लो जी दोस्तों, हो रही शौक करवान लगी है जेठ चैंपियन 2023 उस्ताद मलक शानी खोखर साहब के ब्रीडर कबूतरों का। बड़े नायाब कबूतर ने, बड़े ही वड्डे कबूतर ने और ए कबूतर ने जिन्होंने बड़े रिकॉर्ड्स बनाए ने इन्हों को। रातों को कबूतर जेठ के बैठे ने, शामों नेरिया के लाइटा के जी। शानी भाई, एक थोड़े को जो टैडी ने, यह कोई खास टैडी ने, ਲੈਦਾ ਟੈਡੀ ਨੇ ਜਾਂ ਆਪ ਬਣਾਏ ਨੇ? ਬਸ ਭਾਈ, ਸਭ ਕੋਲ ਹੀ ਅੱਛੇ ਨੇ ਹੁਣ ਮਾਸ਼ਾਅੱਲਾ। ਪਰ ਕੁਛ ਚੀਜ਼ਾਂ ਐਸੇ ਹੁੰਦੀਆਂ ਨੇ ਉਹ ਪਿਛਲੇ ਜਿਹੜਾ ਕੋਈ ਵਕਤ ਬੀਤਿਆ ਹੁੰਦਾ ਨਾ ਉੱਥੇ ਲੈ ਜਾਂਦੀਆਂ ਨੇ। ਹਾਂ, ਵੀ ਕਬੂਤਰ ਉਹ ਨੇ ਜਿਹੜੇ ਪੁਰਾਣੇ ਕਬੂਤਰ ਟੈਡੀ ਜਿੱਥੋਂ ਸ਼ੁਰੂ ਹੋਏ ਸਨ, ਸਲਾਰੇ ਕਬੂਤਰ। ਇਹਨਾਂ ਚੋਂ ਜੋਨ ਸਿਰੇ ਬਣਾਈ ਜਾਵੋ, ਕਲਪੇਟੇ ਬਣਾਈ ਜਾਓ, ਜਿਹੜੇ ਮਰਜ਼ੀ ਮਾਸ਼ਾਅੱਲਾ ਬਣਾਈ ਜਾਓ। ਇਹ ਵੀ ਤੁਹਾਨੂੰ ਅਰਫਾਨ ਭਾਈ ਕੋਲੋਂ ਹੀ ਆਏ ਸੀ? ਉੱਥੋਂ ਹੀ ਟੈਡੀ ਕਬੂਤਰ ਆਏ ਨੇ। ਕਿਸੇ ਚੀਜ਼ ਦੇ ਮਤਾਜ ਨਹੀਂ। ਸਹੀ ਗੱਲ ਹੈ, ਜਿੰਨਾ ਝੂਠ ਬੋਲ ਲਈ ਉਹਨਾਂ ਹੀ ਹੈ, ਤਾਂ ਬੋਲਣ ਦਾ ਫਾਇਦਾ ਕੀ ਹੈ? ਤੇ ਨਾ ਕਦੇ ਝੂਠ ਬੋਲਿਆ ਵੇ, ਕਿਉਂਕਿ ਅਸੀਂ ਕਿਹੜਾ ਕੋਈ ਸੇਲ ਪੁਆਇੰਟ ਦਾ ਕੰਮ ਮਾਸ਼ਾਅੱਲਾ ਕਰਦੇ। ਹਾਂ, ਇਨਸ਼ਾਅੱਲਾ ਤਾਲਾ ਬੜੇ ਜ਼ਲਟਰ ਕਬੂਤਰ ਨੇ। ਸਹੀ ਕਹਿ ਰਹੇ ਹੋ। ਹਾਂਜੀ, ਵਾਓ ਜੀ, ਦਿਖਾਓ ਤੇ ਤੁਹਾਨੂੰ ਪਤਾ ਚੱਲ ਜਾਏਗਾ ਮੇਨ। ਅੱਛਾ, ਇਹਨਾਂ ਦੇ ਸਾਈਜ਼ਸ ਨੂੰ ਘਟਾਇਆ ਕਿ ਉਸ ਤਰ੍ਹਾਂ ਹੀ ਸਾਈਜ਼ਸ ਦੇ ਵਿੱਚ ਆਏ ਨੇ? ਨਹੀਂ ਨਹੀਂ ਮਾਸ਼ਾਅੱਲਾ ਬੜੇ ਅੱਛੇ ਸਾਈਜ਼ ਨੇ, ਸਾਈਜ਼ ਆ ਹੀ ਹੋਣਾ ਚਾਹੀਦਾ। ਜਿਹੜੇ ਹੁਣ ਛੋਟੇ ਸਾਈਜ਼ ਨੇ ਬਣਾ ਲੈਣੇ ਨਾ ਕਈ ਉਸਤਾਦਾਂ ਨੇ, ਠੀਕ ਆਪਣੀ ਆਪਣੀ ਚੁਆਇਸ ਹੈ, ਲੇਕਿਨ ਮੈਂ ਕਿਸੇ 'ਤੇ ਤੰਗੀਦ ਨਹੀਂ ਕਰਨਾ ਚਾਹੁੰਦਾ ਉਹਨਾਂ ਵਾਸਤੇ। ਉਹਨਾਂ ਨੂੰ ਉਹ ਰਿਜ਼ਲਟ ਦਿੰਦੇ ਨੇ, ਪਰ ਸਾਨੂੰ ਇਹ ਦਿੰਦੇ ਨੇ ਸਾਈਜ਼ ਆ ਹੀ ਨਹੀਂ, ਸਾਈਜ਼ ਆ ਹੀ ਨਹੀਂ, ਦਰਮਿਆਨੇ ਮੇਰੇ ਫੇਵਰੇਟ ਸਾਈਜ਼ ਆ ਹੀ। ਦੇਖੋ ਨਾ, ਵੱਡਾ ਨਾ ਛੋਟਾ, ਦਰਮਿਆਨਾ ਸਾਈਜ਼। ਇਹਨਾਂ ਨੇ ਗਰਮੀ ਵੀ ਕੱਟਣੀ, ਹਨੇਰੀ ਬੱਦਲ ਵੀ ਕੱਟ ਲੈਣਾ। ਨਹੀਂ ਉਸਤਾਦ ਜੀ, ਤੁਹਾਡਾ ਤਾਂ ਮਾਸ਼ਾਅੱਲਾ ਤਜਰਬਾ ਹੈ ਸਾਈਜ਼ ਨੂੰ ਲੈ ਕੇ, ਅਤੇ ਗਰਮੀ ਵੀ ਠੀਕ ਹੈ, ਹਨੇਰੀ ਬੱਦਲ ਵੀ ਪੈ ਗਿਆ ਇਹਨਾਂ ਨੇ ਘਰ। ਜਦੋਂ ਅਸੀਂ ਡਾ ਕੇ ਦੇਖਨੇ ਨੇ, ਫਿਰ ਇਸ ਤੋਂ ਉੱਤੇ ਕਿਹੜਾ ਸਾਡਾ ਸਕੂਲ ਨਹੀਂ ਹੋਣਾ ਚਾਹੀਦਾ? ਦੁਨੀਆ ਦੇ ਵੇਖ ਲਓ, ਦੁਨੀਆ ਨੂੰ ਡਾ ਕੇ ਵਹਾਏ, ਵਹਾਈ ਦੇ ਵੀ ਨੇ, ਹਾਂ ਵੇਖੀ ਤਾਂ ਨਹੀਂ, ਦਿਖਾਈ ਦੇ ਵੀ ਨੇ। ਹਾਂ, ਤੇ ਸਾਰੀ ਦੁਨੀਆ ਮੇਰੇ ਇੱਥੇ ਹਨੇਰਿਆਂ ਵਿੱਚ ਕਬੂਤਰ ਸਾਡੇ ਬੈਠੇ ਨੇ। ਇੱਥੇ ਤਾਂ ਬੜਾ ਮੇਲਾ ਲੱਗਾ ਹੋਣਾ। ਮੈਂ ਕਹਿੰਦਾ ਐ ਨਹੀਂ, ਹੁਣ ਸ਼ੁਰੂ ਤੋਂ ਹੀ ਇੱਥੇ ਕਾਫੀ ਦੋਸਤ ਨਾ ਨਾਲ ਦਿਹਾਤ ਹੈਗੇ ਨੇ ਪਿੰਡ, ਤੇ ਸ਼ਹਿਰਾਂ ਤੋਂ ਲਾਹੌਰੋਂ ਦੋਸਤ ਆ ਜਾਂ ਭਾਈ ਆ ਜਾਂਦੇ ਨੇ ਕਾਫੀ, ਲਾਹੌਰੋਂ ਰੈਵਿੰਡੋ ਕਾਫੀ ਮੁਤਲਿਫ ਜਗ੍ਹਾ ਤੋਂ, ਦੀਨੇ ਤੋਂ, ਜੇਹਲਮ ਤੋਂ ਵੀ ਕਈ ਦਫ਼ਾ ਮੇਰੇ ਦੋਸਤ ਆਏ। ਵਾਹ ਵਾਹ, ਭਾਈ ਆਸਫ ਦੇ ਉੱਥੇ ਕਾਫੀ ਸ਼ਗਿਰਦ ਨੇ, ਗੁਜਰਾਤ ਵਾਲੇ ਵੀ ਨੇ, ਉਹ ਕਾਫੀ ਭਾਈ ਇੱਥੇ ਆ ਜਾਂਦੇ ਨੇ ਸ਼ੌਕ ਕਰ। ਆਸਫ ਭਾਈ ਬੇਸਿਕਲ ਐਸੇ ਇਲਾਕੇ ਦੇ ਨੇ? ਨਹੀਂ, ਆਸਫ ਭਾਈ ਲਾਹੌਰ ਦੇ ਨੇ। ਅੱਛਾ, ਆਸਫ ਭਾਈ ਲਾਹੌਰ ਦੇ ਨੇ, ਭਗਵਾਨਪੁਰੇ ਭਗਵਾਨਪੁਰੇ ਦੇ, ਠੀਕ ਹੈ। ਹਾਂਜੀ, ਆਸਫ ਭਾਈ ਕਦੋਂ ਤੁਹਾਡੀ ਕਬੂਤਰਬਾਜ਼ੀ ਉੱਥੋਂ ਕਿੱਥੋਂ ਸਿੱਖੀ, ਕਿੰਨੇ ਕੋਲੋਂ? ਇਹਨਾਂ ਦੀ ਬਚਪਨ ਦਾ ਆਪ ਹੀ ਭਾਈ ਆਸਫ ਨੇ ਸ਼ੁਰੂ ਤੋਂ ਸਿੱਖੀ ਆਪ ਹੀ, ਸਾਦੀ ਸ਼ਗਿਰਦੀ ਨਹੀਂ ਕਿਸੇ ਨਾਲ ਕੀਤੀ? ਡਾਡਾ ਕਿ ਆਪ ਹੀ ਪਤਾ ਚੱਲ ਜਾਂਦਾ ਜੀ, ਇਹ ਫੜਵਾ ਸ਼ੌਕ ਕਰਾਓ ਤੁਸੀਂ, ਇਹ ਮੌਜੂਦ ਬਦਲ ਹੀ ਗਿਆ। ਲੋ ਜੀ, ਇਹ ਸਲਾਰਾ ਕਬੂਤਰ ਹੈਗਾ, ਉਹ ਬਹੁਤ ਅੱਛਾ ਹੈਗਾ। ਜਿੱਥੋਂ ਦੇ ਹੈਗੇ ਨੇ ਉੱਥੇ ਉੱਥੇ ਛੱਡੂਗੀ ਮਲੰਗੀ, ਉਹਨੂੰ ਬੁਲਾ ਲੈਣਾ, ਤਿੱਖਾ ਵੀ ਬੜਾ ਹੈ, ਉਹਨੂੰ ਹੁਣ ਲਈ ਗਈ ਬੁਲਾਵਾ, ਨਹੀਂ ਲੈ ਆਵੇ ਹੱਡੀ ਜੋੜ ਬਹੁਤ ਅੱਛੀ ਹੈਗੀ, ਹੱਡੀ ਜੋੜ ਪਰ ਕਬੂਤਰ ਨੇ ਜਿਨ੍ਹਾਂ ਨੇ ਖਤਾ ਨਹੀਂ ਖਾਣੀ। ਪ੍ਰੋਪਰ ਇੱਕ ਸਲਾਰਾ ਕਬੂਤਰ, ਐਂਡ ਵਾਲੇ ਤਿੰਨ ਦੇ ਨਾ ਕੱਚੇ ਹੋਏ ਨੇ, ਨਵੇਂ ਪਰ ਚਾੜ ਰਹੇ। ਹੱਟੀ ਜੋੜ ਬਹੁਤ ਐਕੂਰੇਟ ਹੈਗੀ, ਬਹੁਤ ਹੀ ਅੱਲਾ ਉੱਤੇ ਕਰਕੇ ਨਾ ਸਾਰੇ ਜੋੜ ਲੱਗੇ ਹੋਏ ਨੇ ਮਾਸ਼ਾਅੱਲਾ। ਜੋੜਾਂ ਦੇ ਉੱਤੇ ਕੋਈ ਖਾਸ ਧਿਆਨ ਹੈ ਸ਼ਾਨੀ ਭਾਈ? ਬੜੇ ਅੱਛੇ ਐਕੂਰੇਟ ਜੋੜ ਬਣੇ, ਜੋੜ ਹਾਰਡ ਨਹੀਂ ਹੋਣੇ ਚਾਹੀਦੇ ਨਿਰੇ ਜੋੜਾਂ ਦਾ, ਇਹਨਾਂ 'ਚ ਲਚਕ ਹੋਣੀ ਚਾਹੀਦੀ, ਹਾਰਡ ਜੋੜ ਵਾਲਾ ਵੀ ਕੋਈ ਕਬੂਤਰ ਨਹੀਂ ਹੁੰਦਾ। ਹਾਂ, ਨਹੀਂ ਫਿਰ ਤੁਸੀਂ ਇੱਕ ਖਾਸ ਜੋੜ ਬਣਾਏ ਨੇ ਜਿਹੜੇ ਹੱਡੀ ਜੋੜ ਅੱਲਾ ਪਾਕ ਹੀ ਬਣਾਉਣ ਵਾਲਾ ਹੁੰਦਾ ਜੀ, ਅਸੀਂ ਤਾਂ ਮਿਹਨਤ ਕਰਨ ਵਾਲਿਆਂ ਤੋਂ। ਅੱਲਾ ਪਾਕ ਨੇ ਸ਼ੁਰੂ ਤੇ ਇੰਨੀ ਕੁ ਛੋਟੀ ਉਮਰ ਦੇ ਵਿੱਚ ਅੱਲਾ ਪਾਕ ਨੇ ਇੱਜ਼ਤ ਵੀ ਬਹੁਤ ਦਿੱਤੀ ਹੈ, ਤੇ ਕਬੂਤਰ ਵੀ ਉਸ ਤੋਂ ਜ਼ਿਆਦਾ ਅੱਛੇ ਬਣੇ ਨੇ। ਸਹੀ ਗੱਲ ਹੈ,
सुभान अल्लाह यार, कैसे बारीक रिंग्स है के ने ना देखा जी, बारीक जर्रे बहुत ही आला। अच्छा करो, बिल्कुल बारीक बारीक जरात है के ने, कोई एक्स्ट्रा उभरे जरात नहीं है ना कबूतरा च। वाह क्या शानदार पर है, माशाल्लाह चढ़ाइयाँ बहुत अच्छी है गया। अटैचमेंट बहुत अच्छी है पर आपस में, फिर ए बड़े अच्छे दरम्याने साइजा के कबूतर है ने, बिल्कुल छोटे छोटे नहीं है। हाँ जी सर, ओ दिखाओ, ऐ दिखा लो फिर थले छड़ आवे दा, फिर ओनू दिखा लें इन्हें तो देखो खाकी पार की में फिके गुड़े जड़े निकलते हैं, लदर लदर ना दिते ने डैडी ने सारे नहीं तुसी अपने को लग गया है ना जिमें सप है गया। हाँ जी वो बिचो निकल आते हैं, इन्ह बिचो ही निकल दें। शनी भाई बहुत घट है साइजेस दे विच ना दरम्याने, नहीं तो टैडी जेडे लोगों ने बना लेते ने बिल्कुल निके निके बना लेते ने। इस तरह ही कई ने अपनी अपनी समझ है जी, हर उस्ताद की अपने लो हर कोई अच्छा ही करता भावे गलत हो जाए, जो डान वाले पास जाएगा उन्होंने खुद पता चल जाएगा। अच्छा चेहरे इन्हों के लाल ही आ रहे हैं सारे, जो लाल लाल ज्यादा खूब गुस्से तो होने लेट हो गया बगल दी साइज वेखो बहुत अच्छी बगल है, टेल बिलकुल छोटी है, बंद टेल है सारे धियां पुत्र बाजिया जाए तुसी भी दसना है। रात हो जानी है, रोजे का टाइम ही है। हाँ चलो ठीक है, असी वाइंड अप करते हैं। तो दिखावा दे कुछ चंद पीस, वैंडम नहीं करा दे, कुछ चार पांच पीस दिखावा दे तो। ओहो यार ये अखा बहुत घट नजर आती है, जी इस कबूतर पर ही है या जेडे तुहाडे मैक्सिमम कबूतर आ रही है। माशाल्लाह सुभान अल्लाह, ए टैडी कबूतर हर घर नहीं है घट नजर आंदे ने। जेड चैंपियन मलिक शानी खोखर के कबूतर है, इंतहा अच्छे कबूतर है।
वाह शनि भाई, जेड़े कबूतर बाज दे अच्छे कबूतर उड़दे हो ना, ते हर बंदे दी ख्वाहिश होंदी उंदी तैयारी पुछण दा, उंदी डाइट पुछण दा, हर बंदे दी ख्वाहिश होंदी। असीं तुहाडे कोल आए ना जे मैं डाइट करां तां मैं वी स्मार्ट हो जावां ते मैं मैनूं किसे ने कहा होणा यार शनि भाई को जा रहे ते जेड चैंपियन होया नूं पुछी आ सवाल, पुछी आ सवाल, पुछी मैं तुहानूं मोटे मोटे सवाल पुछ लैणा। ट्रेनिंग की है अपनी? ट्रेनिंग शुरू तों बस डाई देने, जो कबूतर अच्छा बनन अपने आप ही दसन लग पैंदा, फिर उन तैयारी ते ला देईदा। एहो बादाम बादाम खुराक ते लईदा। स्पेशल डाइट इंदे च कुछ चीजां पांदे हो? नहीं नहीं, एहो ही वड्डी इलाची मुनक्का पा लिया बस। विटामिन ते है नहीं साडे कोल? कोई विटामिन नहीं असीं कोई यूज करदे, विटामिन आ कबूतर ही हैगे ने। हां जी, आ कबूतर आप ही तुहानूं दस्सां, इहनां नूं किसे चीज दी जरूरत नहीं है। कबूतर दे बारे दसो जरा। ए कबूतर दे बारे वाम तुहानूं कमेंट करके दसे जी, अच्छे टैडी कबूतर ने, मेरे फेवरेट कबूतर ने। ए कबूतर नूं बस ला जवाब ने। लो जी दोस्तों, इंतहाई अच्छा कबूतर हैगा। ओह किद्दां चला गया, एहो जिहे कबूतर हुंदे ने, अस तो अच्छे नहीं हुंदे। अच्छा कबूतर एहो जिहा हुंदा, इहदी क्लीयर करके अख वी दिखाना, इहनूं अगों दिखाओ पिछों बांधे किवें, खुश्क पंजे पल्ला इंदा। इन्ने कोई अच्छे होंदे ने? ऐसे अच्छे नहीं होंदे, बस देख लो तुहाडे सामने ही है। वाह वाह, अल्लाह पाक ने इस उम्र दे विच बड़े अच्छे जानवर बना दिते। सही कह रहे, बड़ा अल्लाह दा करम है जी, तुहाडे ते खास ही करम हैगा। ते अच्छे दोस्त जदों हुण तुहाडे अच्छी नाल भाई जुड़े होण ला, एहो तो बन जांदे यार। माशाअल्लाह, इंतहाई नफीस कबूतर है, इंतहाई अच्छा कबूतर है। अच्छा इन्हें शानी पई कभी बारों पाए जो कबूतर? नहीं नहीं, कोई मादी पा लेती, कोई नर पा लेता? नहीं, शुरू तो खुद ही किसी चीज का मुहताज नहीं है। नहीं पाए कभी, कोई लाल अखा भी नहीं इन्हें पाया कभी? लाल अखे जिम्मे बंदा पा लैंदा क्रॉसिंग क्रॉसिंग च? नहीं नहीं, वो तो तुसी क्रॉस ते जोड़ा जोड़ा लाना पा लो, जो बच्चे निकलन दे उदो नी लोग पसंद आंदे, बदरंगे ही आंदे ने। जिस तरह साले दसाले पुराने हो जांदे ला, ए चीजा बन जांदे। एना समझना नहीं ना, मतलब वेखे ने लोकां ने। अच्छा टैडी वैसे भी शुरू जो बदरंगे होंदे, शुरू शुरू तो ਸਾਡੇ ਨਾਲ ਵੀ ਇਸੇ ਤਰ੍ਹਾਂ ਹੀ ਸੀ। ਅੱਛਾ, ਫਿਰ ਜਦੋਂ ਇੱਥੇ ਛੱਡੇ ਨਾ ਸੀ ਤੇ ਡਾਂ ਦਾ ਸ਼ੌਕ ਸੀ ਲਾ ਮੈਨੂੰ ਜ਼ਿਆਦਾ। ਜਦੋਂ ਭਾਈ ਆਸਫ ਨੇ ਛੱਡੇ ਤੇ ਜਦੋਂ ਇਹਨਾਂ ਸ਼ਾਮਾ ਸ਼ਾਮਾ ਦੀ ਪਰਵਾਜ਼ਾ ਦਿੱਤੀ ਆਪਣੇ ਕਰਲ ਲੈ ਕੇ ਆਏ, ਅਸੀਂ ਫਿਰ ਕੋਈ ਉੱਡਣ ਨਾਲੋਂ ਰੋਕੇ। ਕੱਲ ਵੀ ਮੇਰੇ ਹਿਸਾਬ ਨਾਲ ਕੁਝ ਟੈਡੀ ਇੱਕ ਦੋ ਨਰ ਤੇ ਦੋ ਤਿੰਨ ਮਾਦੀਆਂ ਉੱਡਣ ਵਾਲੇ ਸੈਟਅਪ ਤੋਂ ਰੋਕੀਆਂ ਨੇ, ਰੋਕੀਆਂ ਨੇ ਸ਼ਾਮਾ ਤੱਕ ਹੁਣ ਪਰਵਾਜ਼ਾ ਦੇ ਰਹੀ ਆ ਸਾ। ਦਿਖਾਇਆ ਨਹੀਂ ਤੁਹਾਨੂੰ ਅੱਗੇ ਕਬੂਤਰ कोशिश करो कि डाक ही लवो। जेठ चैंपियन के कबूतर शौक का अपने मजा ठीक है, शौक करते रहने लेकिन जो जेठ चैंपियन के कबूतर शौक नहीं। जेठ चैंपियन देखो मेन चीज हूँ तुम जानवर वेखो, जानवर ही कह रहे एक होंगी रही आई चलाई ठीक है। रेगुलर कह रहे ना, अभी वेखते रहने अपने कबूतर भी वेख लिते, यार दोस्त भी वेख लिते, शौक भी कर लेता, लेकिन जेठ चैंपियन के कबूतर वेखा तो अपने चस है ਉਤੋਂ ਆਚੇ ਫੜ ਕੇ। ਅਸਲ ਤੇ ਤੁਸੀਂ ਤੁਹਾਨੂੰ ਵੀ ਪਤਾ ਮੈਨੂੰ ਕਈ ਦਫਾ ਮੈਨੂੰ ਇੱਕ ਕਬੂਤਰ ਹੈਗਾ ਹੀ ਲਾ ਜਵਾਬ ਨੇ ਐਸੇ ਤਰ੍ਹਾਂ ਹੀ।
ਕਿੰਨੀ ਏਜ ਦਾ ਕਬੂਤਰ ਹੈ ਆਲਾ ਜੀ? ਸੁਭਾਨ ਅੱਲਾ, ਕੀ ਨਫੀਸ ਚੀਜ਼ ਹੈ ਬਣੀ। ਤੁਸੀਂ ਵੇਖ ਲਓ ਐਕਸਟਰਾ ਇਹਨਾਂ ਦੇ ਅੱਖਾਂ 'ਚ ਰਿੰਗ ਨਹੀਂ, ਬੜੇ ਨਫੀਸ ਔਰ ਬਰੀਕ ਜ਼ਰਾਤ ਹੈ। ਸੁਭਾਨ ਅੱਲਾ, ਪਰਾਂ ਦੀ ਅਟੈਚਮੈਂਟ ਵੇਖੋ, ਤਰਾਸ਼ ਚੈੱਕ ਕਰੋ, ਪਰਾਂ ਦੀ ਸੀਨੇ ਬਹੁਤ ਅੱਛੇ ਨੇ, ਇੰਝ ਗੁੰਨੇ ਹੋਏ ਸੀਨੇ ਨੇ। ਕਿਆ ਕਲਾਸੀਕਲ ਕਬੂਤਰ ਹੈਗੇ ਜੀ ਸ਼ਨੀ ਜੀ। ਇਹਨਾਂ ਦੇ ਵੱਡੇ ਮਾਂ ਪਿਓ ਸਾਰੇ ਘਰ ਹੀ ਨੇ। ਅੱਛਾ ਤੁਸੀਂ ਭਾਈ ਆਸਮ ਨਾਲ 2 ਮਿੰਟ ਗੱਪ ਸ਼ੱਪ ਲਾਓ, ਅੰਦਰ ਮਹਿਮਾਨ ਆਏ ਨੇ। ਠੀਕ ਹੈ, ਮੈਂ ਤਾਂ 2 ਮਿੰਟ ਬਾਅਦ ਆਉਂਦਾ ਤੁਹਾਡੇ। ਸੌਰੀ ਕਿਦਰ ਲੋ ਜੀ ਦੋਸਤੋ, ਬੜੇ ਅੱਛੇ ਕਬੂਤਰ ਹੈਗੇ। ਅਸਾ ਬਾਈ ਹੈ, ਇੰਨੀ ਜ਼ਿਆਦਾ ਸਾਂਭ ਸੂਮ ਵੀ ਨਹੀਂ ਮੰਗਦੇ ਹੋਣੇ? ਨਹੀਂ ਦੇਖੋ, ਮਿਹਨਤ ਕਰਨੀ ਪੈਂਦੀ, ਮਿਹਨਤ ਜਿਹੜੀ ਨਾ ਮਿਹਨਤ ਕਰਨੀ ਪੈਂਦੀ ਹੈ। ਤਾਂ ਕੋਈ ਗੱਲ ਨਹੀਂ ਹੈਗੀ ਵੀ ਕਬੂਤਰ ਕਵੇ ਵੀ ਮਿਹਨਤ ਨਾ ਮੇਰੇ 'ਤੇ ਕਰੋ, ਅਤੇ ਜੇ ਮਿਹਨਤ ਨਾ ਮੰਗਣ ਤਾਂ ਫਿਰ ਬੰਦੇ ਸਕੂਨ ਨਾਲ ਆਪਣਾ ਆਪਣਾ ਕੰਮ ਨਾ ਕਰਨ। ਨਹੀਂ ਕਿ ਕਬੂਤਰ ਹੁੰਦਾ ਨਾ ਆ ਕੇ ਲਟਕ ਜਾਂਦਾ। ਨਹੀਂ ਨਹੀਂ ਉਹ ਲਟਕਣ ਵਾਲਾ ਕੋਈ ਕੰਮ ਇਹਨਾਂ ਦਾ ਉਹ ਹਿਸਾਬ ਨਹੀਂ ਹੈਗਾ, ਲਟਕਦੇ ਨਹੀਂ ਹੈ। ਜੋ ਇਹਨਾਂ ਦੇ ਲਵਾਜ਼ਮਾਂ ਦਾ ਕਹਿੰਦੇ ਨਾ, ਉਹ ਲਟਕ ਵੀ ਜਾਂਦੇ ਨੇ। ਕੋਈ ਤੁਸੀਂ ਦੇਖ ਲਵੋ, ਕਈਆਂ ਦੇ ਅੱਠਵੇਂ ਵੱਡੇ ਆ ਰਹੇ ਨੇ, ਕਈਆਂ ਦੇ ਛੋਟੇ ਆ ਰਹੇ ਨੇ। ਠੀਕ ਹੈ, ਕਬੂਤਰ ਉਹ ਹੀ ਆ ਜਿਹੜਾ ਉੱਡ ਕੇ ਵਾਹੇ ਮੈਦਾਨ ਦੇ ਵਿੱਚ। ਤੇ ਮੇਨ ਗੱਲ ਵੀ ਹੈ ਵੇ, ਇਹ ਕਦੀ ਨਹੀਂ ਕਿਸੇ ਨੇ ਕਿਹਾ ਜੀ ਅੱਠਵੇਂ ਵਾਲਾ ਹੀ ਉੱਡਿਆ ਜਾਂ ਨੌਵੇਂ ਵਾਲਾ ਹੀ ਉੱਡਿਆ। ਅੱਲਾ ਨੇ ਜਿਹਨੂੰ ਇੱਜ਼ਤ ਦਿੰਦਾ ਵੇ, ਉਹਦੇ ਨੌਵੇਂ ਵਾਲੇ ਵੀ ਉੱਡਦੇ, ਉਹਦੇ ਦਸਵੇਂ ਵਾਲੇ ਵੀ ਉੱਡਦੇ ਨੇ। ਮੇਰੇ ਕੋਲ ਦਸਵੇਂ ਵਾਲਾ ਕਿੱਡਾ ਪਰ ਬਾਹਰ ਹੋਏਗਾ ਵੇ, ਅਤੇ ਉਹ ਸ਼ਾਮਾ ਸਿੱਧਾ ਉੱਡਦਾ। ਅੱਗੇ ਕਬੂਤਰ ਆਇਆ ਸੀ ਨਾ, ਉਹਦਾ ਦਸਵਾਂ ਵੱਡਾ ਸੀ, ਕਹਿ ਦੇਖ ਲਓ ਇਹਦਾ ਵੀ ਵੱਡਾ, ਅਤੇ ਵੀ ਸ਼ਾਮਾ ਸਿੱਧਾ ਉੱਡਦਾ। ਉਹ ਉੱਡਦੇ ਜਿਹੜੇ ਉਹ ਐ ਲੈ ਕੇ ਚੱਲ, ਹਾਲੇ ਹੁਣ ਤੂੰ ਲੈ ਜਾ ਫਿਰ ਕਰਨੇ। ਸੀਨਾ ਚੈੱਕ ਕਰੋ, ਕਿਆ ਅੱਛਾ ਸੀਨਾ ਹੈਗਾ। ਹਾਂ ਚਲੋ ਸਹੀ ਹੈ, ਠੀਕ ਹੋ ਗਿਆ, ਹੋਇਆ ਥੋੜ੍ਹਾ ਜਿਹਾ ਯਾਰ। ਵਾਹ ਵਾਹ, ਸੁਭਾਨ ਅੱਲਾ। ਬਹੁਤ ਅੱਛੇ ਵਜੂਦ ਹੈਗੇ, ਨਿੱਗਰ ਜਿਹਨੂੰ ਕਹਿੰਦੇ ਨੇ, ਨਿੱਗਰ ਜਿਹੜੇ ਬਣੇ ਹੁੰਦੇ ਨੇ। ਅਲੱਗ ਜੋੜਿਆ ਜੇ ਐ ਤਾਂ ਨਹੀਂ ਪ੍ਰੈਕਟਿਸ 'ਚ, ਹੁਣ ਇਹਨਾਂ ਦੀ ਲਾਦ ਕਾਫੀ ਵਿੱਚ ਆਈ, ਉੱਡਈ ਬਾਜ਼ੀਆਂ 'ਚ ਆਈ ਹੈ। ਇਹ ਮਲਕ ਸਾਹਿਬ ਦੇ ਫੇਵਰਟ ਕਬੂਤਰ ਨੇ। ਇਹ ਕਿਹੜੇ ਨੇ? ਇਹ ਇਹਨਾਂ ਦੇ ਨਾ ਮੋਤੀਆਂ ਵਾਲੇ ਕਬੂਤਰ ਨੇ, ਇਹਨਾਂ ਦਾ ਨਾਂ ਇਹਨਾਂ ਨੇ ਮੋਤੀਆਂ ਵਾਲਾ ਰੱਖਿਆ, ਅਤੇ ਇਹਨਾਂ ਦਾ ਬੜਾ ਰਿਜ਼ਲਟ ਹੈ। ਇਹਨਾਂ 'ਚ ਕੋਈ ਮੇਲ ਹੈਗਾ? ਇਹ ਇਸੇ ਤਰ੍ਹਾਂ ਹੀ ਹੈ, ਸ਼ੁਰੂ ਤੋਂ ਹੀ ਇੰਝ ਹੀ ਹੈ। ਇਹਨਾਂ ਦੇ ਵੱਡੇ ਵੀ ਇੰਝ ਸੀ, ਤਾਂ ਇਹ ਅੱਜ ਦੇ ਨਹੀਂ ਹੈਗੇ, ਮੇਲ ਇਹਨਾਂ 'ਚ ਕੋਈ ਵੀ ਨਹੀਂ ਜੇ ਹੈਗਾ। ਹੈਗੇ ਇਹ ਵੀ ਟੈਡੀ ਨੇ, ਇਹ ਵੀ ਟੈਡੀ ਨੇ, ਇਹ ਵੀ ਟੈਡੀ ਨੇ। ਠੀਕ ਹੋ ਗਿਆ, ਅਸਲ ਮਲਕ ਸਾਹਿਬ ਕਿਹੜਾ ਕੋਈ ਉਹਨਾਂ ਦੀ ਕੋਈ ਸੇਲ ਪੁਆਇੰਟ ਵਾਲਾ ਸਿਸਟਮ ਨਹੀਂ ਹੈਗਾ, ਉਹਨਾਂ ਦਾ ਕੰਮ ਹੈ ਸਿਰਫ ਕਬੂਤਰਾਂ ਦਾ ਰਿਜ਼ਲਟ ਹੋਣਾ ਚਾਹੀਦਾ। ਸਹੀ ਕਹਿ ਰਹੇ ਹੋ, ਉਹ ਸੇਲ ਪੁਆਇੰਟ 'ਚ ਵਿੱਚ ਝੂਠ ਵੀ ਬੋਲਣੇ ਪੈਂਦੇ ਨੇ, ਸਾਰਾ ਕੁਛ ਕਰਨਾ ਪੈਂਦਾ ਵੀ ਇਹ ਇੰਝ ਕਰਦਾ ਅਤੇ ਇੰਝ ਕਰਦਾ। ਇਹ ਸਾਡੇ ਜਿਹੜੇ ਕਬੂਤਰ ਨੇ, ਸਾਡੇ ਸਮਝ ਲਓ ਵੀ ਇਹ ਸਕੂਨ ਹੈਗਾ ਦਿਲ ਦਾ, ਆਹੋ ਇਹ ਨਾ ਬੈਠੇ ਹੋਣ ਤਾਂ ਸਕੂਨ ਨਹੀਂ ਹੁੰਦਾ, ਜਦੋਂ ਬਹਿ ਜਾਣ ਉਦੋਂ ਸਕੂਨ ਹੋ ਜਾਂਦਾ।
सही कह रहे हो, बहुत शानदार कबूतर है माशाल्लाह। हाँ जी सर, है कमादी है। है कड़े नहीं ਉਹ ਮਲੰਗੀ ਨੂੰ ਆਵਾਜ਼ ਦੇ, ਆ ਦੋ ਫੜ ਲਿਆ। ਐ ਉਸ ਬਾਦੀ ਦੀ ਕੀ ਲੱਗਦੀ? ਕਿਹੜੀ ਮਾਦੀ? ਜਿਹੜੀ ਉੱਡਦੀ ਪਈ ਸੀ, ਜਿਹੜੀ ਉੱਡੀ ਤੁਸੀਂ ਵਾਹੀ ਨਹੀਂ ਮਾਦੀ? ਹਾਂਜੀ ਹਾਂਜੀ। ਨਹੀਂ ਆ ਉਹਦੀ ਕੁਛ ਨਹੀਂ ਜੇ ਲੱਗਦੀ, ਮਿਲਦੀ ਬੜੀ ਹੁੰਦੇ ਨਾ। ਬਸ ਵੇਖ ਲਵੋ, ਪਿੱਛੋਂ ਤਾਂ ਇੱਕ ਹੀ ਨੇ ਸਾਰੇ। बस इस तरह ही है, ब्लड सारा एक ही हैगा वे। भाई इरफान के कबूतर जड़े है ना, ये सारे कबूतर इन्होंने बहर का एक टैडी नहीं आया तो ना कोई किसी की ख्वाहिश हुई है भी आ कबूतर इन्होंने बच्चे ना पाइए। तो ख्वाहिश तो तद होना जो इन्हों का रिजल्ट ना हो। सही कह रहे, तो इन्होंने ना इन्होंने ख्वाहिश की लौड़ ही नहीं आन दी। रिजल्ट ना दिता है यार, चलो फिर पा ली और कबूतर। इस तरह इन्होंने आप ही करमा करके बहाता है। इस तरह है थोड़े बड़े साइज का आया कबूतर है ना। जिसम का देख लो, जिसम उनका स्मार्ट है, लेंथ का बड़ा है, वजन देख लो, जिसम देख लो, हड्डी देख लो, वो कुछ भी नहीं है। ਇਹਨਾਂ ਦੇ ਜਿਹੜੇ ਕਜ਼ਨ ਹੈ ਨਾ ਮੁਲ ਅਲਫਾਨ, ਉਹ ਬੜੀ ਮੁਹੱਬਤ ਕਰਦੇ ਇਹਨਾਂ ਨਾਲ, ਅਤੇ ਉਹਨਾਂ ਦੀ ਮਿਹਰਬਾਨੀ ਹੈ। ਸਹੀ ਗੱਲ, ਨਹੀਂ ਤਾਂ ਇਹੋ ਜਿਹੇ ਕਬੂਤਰ ਜਿਹੜੇ ਆ ਨਾ ਪੈਸਿਆਂ ਨਾਲ ਵੀ ਨਹੀਂ ਲੱਭਦੇ। ਸਹੀ ਕਹਿ ਰਹੇ ਸਰ, ਉਹ ਫਿਰ ਇੱਥੇ ਹੱਥੀਂ ਜੋੜੇ ਵੀ ਲਾ ਕੇ ਗਏ ਸਾਡੇ ਕੋਲ। ਅੱਛਾ, ਬੜੀ ਗੱਲ ਹੈ। ਅਤੇ ਉਹਨਾਂ ਨੇ ਇੱਕ ਕਬੂਤਰ ਫੜ ਕੇ ਨਹੀਂ ਦੇਖਿਆ, ਉਹਨਾਂ ਨੇ ਕਾਪੀ 'ਤੇ ਕਬੂਤਰ ਲਿਖਿਆ ਸੀ, ਉਹੀ ਵੇਖ ਕੇ ਉਹਨਾਂ ਕਿਹਾ ਜੋੜਾ ਲਾ ਦਿਓ। ਅੱਛਾ ਜੀ, ਬਸ ਬਾਕੀ ਪ੍ਰੈਕਟੀਕਲੀ ਉਹਨਾਂ ਨੇ ਇੰਨਾ ਕੀਤਾ। ਉਹਨਾਂ ਨੇ ਇੱਕ ਕਬੂਤਰ ਨਹੀਂ ਫੜਿਆ, ਅਗੋ 3-4 ਸਾਲ ਬਾਅਦ ਆਏ ਨੇ ਅਤੇ ਉਹਨਾਂ ਨੇ ਕਾਪੀ ਫੜੀ ਹੈ, ਕਿਹੜਾ ਕਿਹੜਾ ਹੈਗਾ ਜੀ, ਇਹ ਹੈਗੇ ਜੀ, ਇਹ ਲੰਬਰ, ਉਹਨਾਂ ਕਿਹਾ ਲੰਬਰ ਦੱਸੀ ਜਾਓ, ਦੱਸੀ ਗਏ ਆ, ਉਹਨਾਂ ਕਿਹਾ ਲੰਬਰ ਉਹਦੇ ਨਾਲ ਲਾ ਦਿਓ, ਇਹ ਲੰਬਰ ਉਹਦੇ ਨਾਲ ਲਾ ਦਿਓ। ਵਾਹ 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 ਵਾਹ, ਯਾਰ ਕੀ ਬਾਤ, ਇਹ ਉਸ ਲੈਵਲ ਦਾ ਕਬੂਤਰ ਆਇਆ। ਉਹਨਾਂ ਇੱਥੋਂ ਵਹਾਇਆ ਨਹੀਂ ਸੀ ਅਤੇ ਮੈਂ ਕਿਹਾ ਸੀ ਮਲਿਕ ਸਾਹਿਬ ਐਨ ਦੇ ਬਾਰੇ ਦੱਸੋ, ਉਹਨਾਂ ਕਹਾ ਕਮੈਂਟਸ 'ਤੇ ਦੱਸਣਗੇ। ਹਾਂਜੀ, ਇਹਦਾ ਰਿਸ਼ਤੇਦਾਰ ਤਾਂ ਨਹੀਂ? ਇਹ ਰਿਸ਼ਤੇਦਾਰ ਹੀ ਆ ਸਾਰੇ ਇੱਕ ਦੂਜੇ ਦੇ। ਲਓ ਜੀ, ਕਮਾਲ ਕਬੂਤਰ ਹੈਗਾ, ਨਸਲਾਂ ਬਣਾਉਣ ਵਾਲਾ ਕਬੂਤਰ ਹੈਗਾ, ਇੱਕੋ ਇੱਕ ਖੁੱਡਾ ਬਣਾ ਦੇ, ਆਵਾਜ਼ ਦੇ ਯਾਰ, ਖੁੱਡੇ ਬਣਾ ਦੇ, ਬਲਕਿ ਐਸਾ ਨਸਲੀ ਕਬੂਤਰ ਹੈਗਾ, ਕਿੱਥੇ ਲੱਭਦੇ ਨੇ ਇਹੋ ਜਿਹੇ ਕਬੂਤਰ, ਮਾਸ਼ਾਅੱਲਾ, ਲਾਜਵਾਬ ਹੈ। ਇਹ ਚਿਰਾਗ ਲੱਭੋਗੇ ਨਾ, ਚਿਰਾਗ ਨਾਲ ਨਿਕਲੋਗੇ ਫਿਰ ਵੀ ਨਹੀਂ ਲੱਭੇ। ਐਸਾ ਲੈਵਲ ਦਾ ਕਬੂਤਰ ਹੈਗਾ, ਵਾਹ ਵਾਹ ਵਾਹ, ਬਹੁਤ ਹੀ ਨਫੀਸ ਕਬੂਤਰ। ਬਹੁਤ ਹੀ ਨਫੀਸ ਕਬੂਤਰ, ਸੁਭਾਨ ਅੱਲਾ। ਗੁੱਸਾ ਕਰ ਰਿਹਾ ਉਹਨੇ ਆਪਣਾ ਫੈਲਾ ਲਿਆ, ਧਿਆਨ ਨਾ ਬਈ। ਛੱਡਿਆ ਜੀ, ਲੋਏ ਦੋਸਤੋ, ਇਹ ਟੈਡੀ ਕੋਈ ਲੈਦਾ, ਥੋੜਾ ਫਰਕ ਲੱਗਾ ਮੈਨੂੰ ਇਹਦੇ 'ਚ। ਹਾਂਜੀ ਹੈ ਫਰਕ, ਫਰਕ ਹੈ ਥੋੜਾ ਜਿਹਾ, ਹੈ ਨਾ। ਹਾਂਜੀ,
ਇਹਦੀ ਕੀ ਹਿਸਟਰੀ ਹੈਗੀ? ਇਹਦੀ ਹਿਸਟਰੀ ਇਹੋ ਜਿਹੀ ਹੈਗੀ ਜੇ ਇਹ ਬਲਕ ਸਾਹਿਬ ਨਾ ਭਾਈ ਰਫਾਨ ਹੀ ਜੋੜਾ ਕਲਵਾ ਕੇ ਗਏ ਸੀ ਅਤੇ ਦਿਲ ਨਹੀਂ ਕਰਦਾ ਉਹ ਬੱਚੇ ਛੱਡਣ। ਮਾਸ਼ਾ ਅੱਲਾਹ ਰਿਜ਼ਲਟ ਵੀ ਬਹੁਤ ਹੈ ਅੱਗੋਂ ਉਹਨਾਂ ਦੇ ਇਹਨੇ ਧੀਆਂ ਪੁੱਤਰਾਂ ਦਾ ਬਹੁਤ ਰਿਜ਼ਲਟ ਹੈਗਾ। ਨੂਰ ਬੜਾ ਅੱਛਾ ਕੰਟਰੋਲ ਹੈਗਾ। ਹਾਂਜੀ ਅੱਖ ਦੀ ਪੁਤਲੀ ਬਹੁਤ ਕੰਟਰੋਲ ਹੈਗੀ, ਬਹੁਤ ਹੀ ਕੰਟਰੋਲ ਪੁਤਲੀ ਦਾ ਕਬੂਤਰ ਹੈ। ਇਹ ਅਸਲ ਕਬੂਤਰ ਜਿਹੜੇ ਨਾ ਇਹਨਾਂ ਨੂੰ ਨਾ ਕਿਸੇ ਚੀਜ਼ ਦੀ ਇਹਨਾਂ ਨੂੰ ਨਹੀਂ ਮਥਾਜੀ ਹੈਗੀ। ਤੁਸੀਂ ਇੰਨੇ ਕਬੂਤਰ ਲੋਕਾਂ ਦੇ ਵੇਖਦੇ ਹੀ ਹੋ ਨਾ, ਹਾਂਜੀ, ਅਤੇ ਜੇ ਇਹਨਾਂ 'ਚ ਕੋਈ ਮਸਲਾ ਹੋਵੇ ਤਾਂ ਤੁਸੀਂ ਕਹਿ ਵੀ ਸਕਦੇ ਹੋ। ਇਹਨਾਂ ਦੇ ਵਿੱਚ ਨਾ ਉਹ ਚੀਜ਼ਾਂ ਕੋਈ ਵੀ ਨਹੀਂ ਹੈ। ਮਾਸ਼ਾਅੱਲਾ ਯਾਰ, ਵਾਹ ਮਲੰਗੀ ਇਹ ਉਤਲੇ ਖੁੱਡੇ ਛੱਡ ਕੇ ਆ, ਛੱਡਿਆ ਕੀ ਜਾਂਦਾ? ਚਿਹਰਾ ਮੋਰਾ ਵੇਖੋ ਕਿਸਾ ਗੋਲ ਚਿਹਰੇ ਦਾ ਉੱਤਰ। ਮਾਸ਼ਾਅੱਲਾ ਆ ਜਾ ਇੱਧਰ ਆਓ ਨਾ, ਇੱਧਰ ਬੈਠੋ ਤਾਂ ਸਹੀ। ਇੱਧਰ ਆ ਫੜੋ ਲਾਓ ਆਲੂ ਪੀ ਬਹੁਤ ਠੀਕ ਹੈ। ਨਹੀਂ ਲਾਓ ਤੁਸੀਂ ਕੋਈ ਗੱਲ। ਸ਼ਾਨੀ ਭਾਈ ਆ ਗਏ ਨੇ। ਚੰਨੀ ਭਾਈ ਸਾਰਿਆਂ ਨੂੰ ਸੱਪ ਹੀ ਕਹਿੰਦੇ ਹੋ? ਨਹੀਂ ਨਹੀਂ ਸਾਰੇ ਸੱਪ ਨਹੀਂ, ਉਹ ਵੈਸੇ ਵਿੱਚੋਂ ਕੁਛ ਡਿਫਰੈਂਟ ਨਿਕਲਦੇ ਉਹ ਜਿਹੜੇ ਥੋੜੇ ਗੂੜੇ ਜ਼ਿਆਦਾ ਨਿਕਲਦੇ। ਹਾਂਜੀ ਡਾਕੂ ਦੇ ਵਿੱਚ ਸੱਪ ਨਹੀਂ ਹੈ। ਉਹ ਲੱਗ ਗਿਆ, ਇਹ ਵੀ ਛੱਡਿਆ। ਨਹੀਂ ਨਹੀਂ ਐਦਾਂ ਐਦਾਂ ਹੋ ਗਿਆ ਸਰ। ਹੈਲੋ ਓਵਰ ਇੱਚ ਜਾ ਕੇ ਪਥਰੀਲੀ ਅੱਖ ਬਣਾ ਜਾਂਦੇ ਨੇ, ਉਹ ਅੱਖਾਂ ਬੜੀਆਂ ਚੇਂਜ ਕਰਦੇ ਜੀ। ਦੂਰੋਂ ਦੂਰੋਂ ਔਖੀਆਂ ਮਾਰੇ ਮੁੰਡਾ ਪਟਵਾਰੀ ਦਾ। ਵਾਹ ਮਾਸ਼ਾਅੱਲਾ। ਅੱਛਾ ਤਬੀਅਤਾਂ ਜਿਹੜੀ ਇਹਨਾਂ ਦੀ ਤਬੀਅਤ ਹੈ ਉਹ ਕਿਹੋ ਜਿਹੀ ਹੈ? ਤਬੀਅਤ ਦੇ ਕਿਹੋ ਨੇ? ਤਬੀਅਤ ਠੀਕ ਹੈ, ਕਿਸੇ ਦੀ ਅੱਛੀ ਹੈ, ਕਿਸੇ ਦੀ ਗਰਮ ਹੈ, ਕਿਸੇ ਦੀ ਨੋਰਮਲ ਹੈ। ਤੇਜ਼ ਹਲਕੇ ਭਾਰੇ ਨਿਕਲ ਆਉਂਦੇ ਨੇ ਵਿੱਚੋਂ ਜੀ, ਮੈਂ ਕਿਹਾ ਤੇਜ਼ ਤੇ ਹਲਕੇ ਨਿਕਲ ਆਉਂਦੇ ਨੇ। ਤੇਜ਼ ਹੀ ਨੇ। ਅੱਛਾ ਮੈਨੂੰ ਅੱਗੇ ਦੱਸ ਰਹੇ ਸੀ ਸਰ ਆਸਫ ਸਾਹਿਬ ਕਿ ਇਰਫਾਨ ਭਾਈ ਆ ਇਹਨਾਂ ਨਾਲ ਬਗੈਰ ਵੇਖੇ ਜੋੜੇ ਲਾਤੇ ਨੇ। ਬਹੁਤ ਗਫੀ ਕਬੂਤਰ ਹੈ, ਗਫ ਬਹੁਤ ਕਲੀਅਰ ਹੋ ਕੇ ਦਿਖਾ। ਮੈਂ ਕਿਹਾ ਗਫ ਬਹੁਤ ਅੱਛਾ ਹੈ, ਅੱਖਾਂ ਹੋ ਜਾਂਦੀਆਂ ਜੀ ਕੁਛ ਹੋਰ ਚੇਂਜਿੰਗ ਲਿਆ ਥੋੜੀ ਇਹ ਚ ਜਾ ਕੇ। ਵਾਹ 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 ਬੜੀ ਚੈੱਕ ਕਰੋ ਇਹ ਅੱਖ ਬਣਾਉਂਦੇ ਨੇ ਇਹ ਚ ਜਾ ਖਲੋਈਆ ਇਹ ਗਹਿਰੀਆਂ ਜਾਲੀਦਾਰ ਨੀਲੀਆਂ ਇਹ ਬਣਾ ਲੈਂਦਾ। ਸੁਭਾਨ ਅੱਲਾ ਸਲਾਈਦਾਰ ਪਾ ਰਿਹਾ ਹੈ। ਹੈਲੋ ਸਾਜੀ ਹੁਣ ਲਾਲ ਲੱਖੇ ਵਾਓ, ਬਸ ਲਾਲ ਲੱਖੇ ਕਿਉਂਕਿ ਟਾਈਮ ਐਂਡ ਹੋਇਆ ਆ, ਟਾਈਮ ਥੋੜਾ ਬਸ ਇੱਕ ਪੀਸ ਤਾਂ ਦਿਖਾ ਲੈਂਦੇ।
वाह वाह साजी की रिजल्ट है कबूतर का रिजल्ट सारे दे ही अच्छे जी इंदा दसो टाइम ही थोड़ा है मुझे बहुत पसंद आया छाता देखो की छाता है इस कबूतर का की गर्दन है की कैसा हरा रंग है गर्दन देते माशाल्लाह रख वेखो एक तुम और क्वालिटी दसा पल्ला कहती संदूरी टाइप है और रख कहती चिट्टी हैगी है कैसी क्वालिटी हैगी साजी लाल अखे वहाओ जरा चंद एक ही रह गया तू ले आओ ना उन्नी देर इन्हें दस दवो सो फिर तुसी बह जाओ कैसा तेज तराज पा रहा है कोई नहीं अल्लाह वारस सुभाष भाई डर गया जे बदल बड़ा डल भी याद रखिया जे वाह हेलो सर आ बड़े कबूतर ने सारे ए जेड़े एंड ते आए ने सारे एजेट हैगे ने नहीं नहीं इने इना दे बड़े मां पियो मेरे घर ने सारे अच्छा 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 हां जी उस तो बड़े भाई इरफान दे घर स्टेप बाय स्टेप तुसी कबूतर रखे ने अच्छा शनी भैया मैं जरा कबूतर बहा ला एक सवाल मैं थोड़े को करना कबूतरा को ही कर लो तुसी भी हर घर दे देख दे सर बहुत आला कबूतर ने असी ते एक भी कबूतर नहीं ऐसा आया जड़ा निंदा ना लाया शनी भाई बच्चे बच्चे नु ही लांदे नेरे दी ट्रेनिंग ते जी ਬੱਚੇ ਨੂੰ ਹੀ ਲਾਉਂਦੇ ਹੋ ਨੇਰੇ ਦੀ ਟ੍ਰੇਨਿੰਗ ਤੇ ਅਸੀਂ ਵੱਡੇ ਨੂੰ ਵੀ ਲਾ ਲੈਂਦੇ ਆ ਬੱਚੇ ਨੂੰ ਵੀ ਲਾ ਲੈਂਦੇ ਆ ਕਿਉਂਕਿ ਹੁਣ ਅਕਸਰ ਮੌਸਮ ਠੀਕ ਹੋ ਗਿਆ ਨਾ ਸਾਡੇ ਕੋਲ 100 ਬੱਚਾ ਜਾਂ 50 ਬੱਚਾ ਅਸੀਂ ਜ਼ਿਆਦਾ ਜੋੜੇ ਨਹੀਂ ਬਸ ਉਨੀ ਦੇ ਲਾਣਾ ਜਿੰਨੇ ਕੋ ਸਾਨੂੰ ਚਾਹੀਦੇ ਨੇ ਅਸੀਂ ਨੇਰੇ ਤੇ ਲੱਗੇ ਫਿਰਨੇ ਨੇ ਆਪ ਹੀ ਲੱਗ ਜਾਣੇ ਕਿਸੇ ਉੱਡਦੇ ਫਿਰਨਾ ਕੋਈ 5-6 ਬਾਹਰ ਰਹਿ ਵੀ ਗਏ ਨੇ ਸੁਬਾ ਕੋਈ ਗਾਮੀ ਦੇ ਆ ਜੇ ਇੱਕ ਅੱਧਾ ਰਹਿ ਜਾਂ ਨਹੀਂ ਤੇ ਆ ਜਾਂਦੇ ਨੇ ਤਦਾਦ ਆਪਣੀ ਕੀ ਹੁੰਦੀ ਮੈਕਸੀਮਮ ਮੇਰੇ ਕੋਲ ਪਿੱਛੇ ਜੇਠ ਵਿੱਚ ਤੁਸੀਂ ਮੰਨੋ ਦੇ ਸਾਰੇ 30 ਤੋਂ 35 ਕਬੂਤਰ ਸਨ ਅੱਛਾ ਜੀ ਹਾਂਜੀ ਬਸ 5-6 ਕਬੂਤਰ ਗਏ ਸਨ ਸਾਡੇ ਦੂਜੇ ਸਾਡੇ ਸਾਰੇ ਕੋਲ ਸੀ ਤੇ ਸਾਰਿਆਂ ਦੀ ਅੱਛੀ ਪਰਵਾਦਾ ਸਨ ਇਹ ਹੁਣ ਵੀ ਜੇਠ ਹਲੇ 40 ਕਬੂਤਰ ਅੰਦਰ ਪਿਛਲੇ 40 ਕਬੂਤਰ ਪਿਛਲੇ ਮੇਰੇ ਪਏ ਹੋਣੇ ਤੇ ਅੱਛੇ ਉੱਡੇ ਨੇ ਬੜੀ ਗੱਲ ਹੈ ਯਾਰ ਸਾਰੇ ਕਿਹੜੇ ਆਏ ਨੇ ਆ ਚੀਨੇ ਕਿਹੜੇ ਵਾਲੇ ਚੀਨੇ ਨੇ ਬਹੁਤ ਸਾਹਿਬ ਵਾਲੇ ਇਹਨਾਂ ਦਾ ਵੱਡਾ ਆਇਆ ਸੀ ਮੇਰੇ ਉਸਤਾਦ ਕੋਲ ਉਹ ਬਹੁਤ ਸਾਹਿਬ ਨੇ ਦਿੱਤਾ ਸੀ ਉਸਤਾਦਾਰਾਂ ਨੂੰ ਅਹੀਨੋ ਵਾਲੇ ਜਿਹੜੇ ਚੀਨੇ ਅਹੀਨੋ ਵਾਲੇ ਨੇ ਲਓ ਜੀ ਅਹੀਨੋ ਵਾਲੇ ਚੀਨੇ ਬਹੁਤ ਅੱਛੇ ਹੈ ਵੀ ਇੰਤਹਾਈ ਪ੍ਰੇਲ ਕਬੂਤਰ ਹੈ ਟੀਮ ਤੁਹਾਡੀ ਬਹੁਤ ਚੌਕਸ ਹੈਗੀ ਹੈ ਟੀਮ ਤੁਹਾਡੀ ਸਾਰੀ ਬਹੁਤ ਅੱਛੀ ਹੈ ਹਲੇ ਟੀਮ ਦਾ ਸ਼ਾਟ ਨਹੀਂ ਹਲੇ ਚੱਲੇ ਪੂਰੀ ਟੀਮ ਨਹੀਂ ਹੈ ਨਹੀਂ ਲੋ ਜੀ ਦੋਸਤ ਚੈੱਕ ਕਰੋ ਕਿਸਾ ਖਤਰਨਾਕ ਪਰ ਲੱਗਾ ਯਾਰ ਲੱਗਿਆ ਪਰ ਥੋੜ੍ਹਾ ਨਾ ਖਰਾਬ ਹੋਇਆ ਹੈ ਲੇਕਿਨ ਫਿਰ ਵੀ ਤੁਸੀਂ ਅੰਦਾਜ਼ਾ ਕਰੋ ਕਿੰਨਾ ਜਾਬਰ ਪਾਰ ਹੈ
बहुत आला कबूतर है। अच्छा उड़े ने उड़ा के जोड़े पाए हुए ने माशाल्लाह। हेलो सर। हाँ जी बॉस। एड़ा गया पहले लो जी है अभी ही नहीं ना ऐ हो तो शाम तक उड़े जी ऐला डाके जोड़े कबूतर जिन्ने भी ना तो दाद दे वे जैसे डाके जोड़े लाए। अच्छा शानी भाई ए, उड़दे कबूतर नहीं जेड़ा अच्छा उड़े अच्छी मादी उड़े वही जोड़े पांदे अच्छे रिजल्ट ने साडे को कबूतर आ नहीं तुसी मेरी गल नहीं समझे। हां जी नहीं असि जेड़े जेड़े कोई पट्ठी पुट्ठी डकनी होवे ना वो असि बचपन जी डक लेने हैं। ਜੇ ਕੋਈ ਪੱਠਾ ਡੱਕਣਾ ਹੋਵੇ ਨਾ ਤਾਂ ਉਹਨੂੰ ਅਸੀਂ ਪੂਰਾ ਉਹਨੂੰ ਫੈਂਟ ਕੇ ਉਹਦੀ ਰਿਜ਼ਲਟ ਲੈ ਕੇ ਡੱਕਦੇ ਆ। ਅੱਛਾ ਅੱਛਾ ਪੱਠੀ ਤੁਸੀਂ ਬਚਪਨ ਜੇ ਰੋਕ ਲੈਣੀ ਤੇ ਪੱਠੇ ਨੂੰ ਪੂਰਾ ਫੈਂਟ ਫੂਟ ਕੇ ਰੋਕਣਾ। ਕੁਝ ਪੱਠੀਆਂ ਹੁੰਦੀਆਂ ਵੀ ਰੋਕੀਆਂ ਨੇ ਕੁਝ ਉਂਝ ਵੀ ਰੋਕ ਲਈਦੀ ਏ। ਹਾਂ ਕੋਈ ਕਬੂਤਰੀ ਕੋਈ ਐਸੀ ਹੁੰਦੀ ਲਾ ਕੋਈ ਨਰਵਲੀ ਨਿਕਲ ਆਂਦੀ। ਹਾਂ ਕੋਈ ਕਬੂਤਰੀ ਐਸਾ ਹੁੰਦਾ ਤੁਹਾਡੇ ਹੱਥ ਤੇ ਜਿਵੇਂ ਆਂਦਾ ਵੇ ਤੁਸੀਂ ਵੇਂਦੇ ਜੀ ਤੁਸੀਂ ਹੁਣ ਕੋਈ ਡਾਕ ਕੇ ਥੋੜਾ ਦੇਖਿਆ ਤੁਸੀਂ ਕਹਿੰਦੇ ਨੇ ਇੱਕ ਲੈ ਤਾਂ ਸੈਂਪਲ ਆ ਗਿਆ। ਹਾਂ ਤੇ ਉਹ ਰੋਕ ਲੈਂਦੇ ਫਿਰ ਉਹ ਰੋਕ ਲੈਂਦੇ ਇੱਕ ਜਿਹੜੀ ਲੈਦਾ ਚੀਜ਼। हाँ लो जी ਇਹ ਵੀ ਲੈਦਾ ਹੀ ਸੈਂਪਲ ਹੈਗਾ। ਵਾਹ ਉੱਤੇ ਬੱਦਲ ਵੀ ਬੋਲਦਾ ਪਿਆ। ਹਾਂਜੀ ਚੰਦ ਪੀਸ ਲਾ ਪਿਲੋ ਕੀ ਬਾਤ बड़े उठे जी। वाह 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 लो ये दोस्तों ओ तो दाना पा सल्ले तो हिनो वाले कबूतर चेक करो ट्रैबी फट बहुत नफीस कबूतर है बहुत ही आलीशान कबूतर है शानदार कबूतर है। वाह 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 इनु भाई असल चाबी साजे ने इनु पुत्र चाबी दे ਥੱਲੇ ਤੇ ਉਹ ਉਤਲੇ ਜੋੜੇ ਵਾਲੇ ਨੂੰ ਦਾਣਾ ਪਾਵੇ ਮੌਸਮ ਖਰਾਬ ਹੈ। ਸ਼ਾਨੀ ਬਈ ਵੈਸੇ ਅੱਜ ਕੱਲ ਦਾਣਾ ਕੀ ਦੇ ਰਹੇ ਹੋ ਜੋੜਿਆਂ ਵਾਲਿਆਂ ਨੂੰ ਔਰ ਇਹ ਜਿਹੜੇ ਤੁਹਾਡੇ ਉੜਦੇ ਪਏ ਅਸੀਂ ਕੋਈ ਦਾਣਾ ਬਣਾਇਆ ਜੀ ਮਿਕਸ ਦਾਣਾ। ਹਾਂਜੀ ਮਿਕਸ ਦਾਣਾ ਹੀ ਪਾਈ ਆਸਾ ਬਣਾਉਂਦੇ ਹਾਂ। ਅਸੋ ਬਈ ਕੀ ਦਾਣਾ ਬਣਾਉਂਦੇ ਹੋ? ਦਾਣਾ ਅਸੀਂ ਇਹਨਾਂ ਨੂੰ ਜਿਹੜੇ ਜੋੜਿਆਂ ਵਾਲਿਆਂ ਨੂੰ ਇਹਨਾਂ ਨੂੰ ਸਿਰਫ ਸਰੋਂ ਫੁਰਕਮ ਤੇ ਬਾਜਰਾ ਚਨੀ ਕਣਕ ਕਣਕ ਮਕਾਈ ਕਿਸਲੇ ਐਡ ਕਰ ਲਈ ਜੀ ਬਸ ਇਹ ਆਹੀ ਚੀਜ਼ ਜਿਹੜੀ ਹੈ ਨਾ ਉੱਡਣ ਵਾਲਿਆਂ ਨੂੰ ਵੀ ਆਹੀ ਪਾਉਂਦੇ? ਨਹੀਂ 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 ਉੱਡਣ ਵਾਲਿਆਂ ਨੂੰ ਜਦੋਂ ਫਾਰਗ ਹੋਣ ਔਰ ਇਹੋ ਹੀ ਖਾਂਦੇ ਨੇ ਤੇ ਨਹੀਂ ਤੇ ਫਿਰ ਵਾਇਰੇ ਤੇ ਲੈ ਆਈਦਾ ਜਦੋਂ ਉਹਨਾਂ ਨੂੰ ਉਹਨਾਂ ਦਾ ਟਾਈਮ ਆ ਜੀ। ਇਹ ਵੀ ਹੀ ਨਵਾਜ ਹੈਗਾ? ਨਹੀਂ ਆ ਭਾਈ ਇਰਫਾਨ ਦੇ ਘਰ ਇਰਫਾਨ ਭਾਈ ਨੇ ਵੱਡਾ ਹੀ ਬ੍ਰਾਂਡ ਰੱਖਿਆ ਹੈ। ਹਾਂਜੀ ਉਹ ਡਿਫਰੈਂਟ ਕਬੂਤਰ ਨੇ ਉਹਨਾਂ ਕੋਲ ਇੱਕ ਕਬੂਤਰ ਨਹੀਂ ਹੈ। ਲੋ ਜੀ ਚੈੱਕ ਕਰੋ ਉਹਨਾਂ ਸ਼ੁਰੂ ਤੋਂ ਹੀ ਆਪਣੇ ਲਹਿਦਾ ਹੀ ਕਬੂਤਰ ਬਣਾਏ ਨੇ। ਸ਼ੌਕ ਨਹੀਂ ਨਾ ਕਰਦੇ ਇਰਫਾਨ ਭਾਈ? ਨਹੀਂ ਕਰਦੇ ਨਹੀਂ ਜੀ। ਉਹ ਛੱਤ ਕਿੱਥੇ ਕਰ ਗਿਆ ਕੀ? ਚੋਕਾ ਖਾਨਮ ਦੇ ਕੋਲ ਖੋਖਾ ਪੈਲਸ। ਅੱਛਾ 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 ਹਾਂ ਹੁਣ ਇਸ ਦਫਾ ਐਮਪੀ ਹੋਏ ਨੇ ਉਹ ਲੱਗ ਗਈ ਸਮਝ। ਇੱਕ ਮਰਫ ਐਮਐਨ ਨੇ ਮਕ ਅਫਜ਼ਲ ਚਾਚੂ ਨੇ ਉਹਨਾਂ ਦੇ ਮੇਰੇ ਵੀ ਚਾਚੂ ਨੇ ਤੇ ਫੈਸਲ ਖੋਖਾ ਐਮਪੀ ਹੈ ਮਾਸ਼ਾ ਫੈਸਲ ਸਾਹਿਬ कबूतर ही बड़ा नायाब है। फिर ही ना चल पे काफी कबूतर
लाल तूफान दिखा दो इधर जा सट दे अब दो कबूतर देख के देख हां जी मेरे इधर करना हां जी लाल तूफान दिखाओ तो पना दोस्तों तुसी अपने राय दा इजहार कमेंट्स दे विच जरूर करना ठीक है लगे हां जी आ बड़े 4 5 हां जी अब मुलायम कबूतर है ना दोस्तों अभी ही नोला अजब ही हैगा अजब कबूतर हैगा परेशानी अंदर रिजल्ट दे दसो इस कबूतर दा ए चीने ही ने हिनो वाले बड़ा अजब कबूतर हैगा अच्छे रिजल्ट ने इनारे نہایت ہی عجب کبوتر ہے ان کا جلدی دانا پاؤ باز دے ماشاءاللہ ہاں جی سر ابھی اپنا بھائی آصف ادھر آیا آصف لسی دو سے انہیں گفٹ دیتا ہے بھائی ਇਹ ਕਿਹੜੇ ਕਬੂਤਰ ਨੇ ਸਾਹ ਜੀ ਜੀ ਇਹ ਕਿਹੜੇ ਕਬੂਤਰ ਨੇ ਲਾਲ ਅੱਖਾਂ ਲਈ ਨੇ ਅੱਛੇ ਕਬੂਤਰ ਨੇ ਇਹਨਾਂ ਦੇ ਬੱਚੇ ਸ਼ਾਮਾਂ ਤੱਕ ਬੈਠ ਲੋ ਇਹ ਕਬੂਤਰ ਵੇਖੋ ਇੰਤਹਾਈ ਅੱਛਾ ਕਬੂਤਰ ਹੈ ਵਾਹਿਆ वाह 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 कैसे मजेदार रिंग लगे छटे वाले जो घलाएगा डब्बा वाले जो घलाएगा समझ नहीं आ रहे हैं डब्बा ले तो छटे वाले नहीं डब्बा ले जो घलाएगा बदला नहीं वैसे एकदम नहीं रहा होगा हेलो अभी ही नोने अ प्योर ही नो एज तो ज्यादा हो गया नहीं नहीं प्योर ही नो एक नंबर ही नो यंग मैन ना चाहिए यंग ਬਹੁਤ ਰਿਜ਼ਲਟ ਹੋਏਗਾ ਇਹਦਾ ਜਿਹੜਾ ਤੁਸੀਂ ਇੰਨਾ ਕਹਿ ਰਹੇ ਹੋ ਇਸ ਤੋਂ ਉੱਤੇ ਰਿਜ਼ਲਟ ਕਿਹੜੇ ਹੋਣੇ ਨੇ ਆ ਦੇਖੇ ਤੇ ਆ ਜੀ ਧੀਆ ਪੁੱਤਰ ਧੀਆ ਪੁੱਤਰ ਸਾਰੀ ਲਾਦ ਨਹੀਂ ਦਿਖਾਈ ਅੱਛਾ ਇਹਦੀ ਲਾਦ ਹੈ ਸਾਰੀ ਇਹਦੀ ਲਾਦ ਠੀਕ 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 ਵਾਕਈ ਯਾਰ ਪੂਰਾ ਜਿਹੜੇ ਇਹਦੇ ਵੱਡੇ ਨੇ ਲਾ ਉਹ ਪਿੱਛੇ ਘਰ ਨੇ ਮੇਰੇ ਕੋ ਅੱਛਾ ਇਸ ਤੋਂ ਵੱਡੇ ਵੀ ਤੁਹਾਡੇ ਕੋਲ ਨੇ ਇਹ ਲਾਲ ਤੋਂ ਇਹ ਵੀ ਸਲੇਟਾ ਜੇ ਲਾਲ ਅੱਖਾਂ ਤੋਂ ਇਹ ਚੈੱਕ ਕਰੋ ਜਿਹੜੇ ਅਸਲ ਕਬੂਤਰ ਸਨ ਲਾ ਲਾਲ ਤੂਫਾਨ ਉਹ ਦੂਜਾ ਮੈਂ ਦਿਖਾਣਾ ਯਾ ਦੋ ਦੇਖ ਲਓ ਅੱਛਾ ਇਹ ਦੋ ਦੇਖ ਲਓ ਹਾਂਜੀ ਇਹ ਪਹਿਲਾਂ ਦੇਖ ਲਓ ਬਾਅਦ ਤੋਂ ਦਿਖਾਂਗੇ ਇਹ ਪਹਿਲਾਂ ਦੇਖੋ ਇਹ ਵੀ ਹੋਈ ਹੈ ਜਿਹੜਾ ਤੁਹਾਡੇ ਦੋਸਤ ਨੇ ਜੀ ਆਹ ਭਾਈ ਅਸਬ ਭਾਈ ਹੈ ਜਿਹੜੇ ਤੁਹਾਡੇ ਦੋਸਤ ਨੇ ਉਹਨਾਂ ਦੇ ਕਬੂਤਰ ਨਹੀਂ ਨਹੀਂ ਸਾਲੇ ਕੋ सुभान
वाह यार क्या कुंदा लगा यार, क्या अच्छा कुंदा है। कैसे उच्चे कबूतर है, मजा आ रहा वेख के, अच्छे उच्चे उच्चे कबूतर है सलेटे लाल अखा दे। सर मजा आ गया अज कबूतर वे सलेटे कबूतर ने जेडे लाल तफाना तो बाऊ साहब वाले ने अभी डब्बा लेन देखो ला साइज साइज है ये साइज है ये किलो कबूतर है साइज है ही सान हाँ उन तो कई अस्तादान छोटे बना ले किस तरह किसे देखो है साइज अजय तो अड़े आते आया तो कबूतर जरा गौर नल दिखाना ये देखो कबूतर है ना मेन बाऊ साहब वाले कबूतर ने लाली शेड भी देंदा करदन तो वाह सुभान अल्लाह शामा दिया परवाजा ने गोइना दिया लादा दी आप भी उड़े आप भी यार बगल कितनी अच्छी गहरी बगल लगी है फार वेखो कितनी अच्छी चढ़ाइया ने टेल चेक करो निक्का है लक है गैस कबूतर का पतलियां नलियां ने खुशक गहरियां वाह हाँ जी सर हेलो ये भी लाल तूफान है हाँ जी अभी लाल तूफान अच्छा, लाल तूफाना तो निकले ने सलेटे कबूतर ने निकले हो ना जन हाँ जी ओ माय गॉड क्या बात है कैसी खतरनाक आँख है सब तो पहले आंदे मैं इस कबूतर का शौक किया और मैं बड़ा पसंद आया कबूतर पर बन्ने आया ना मैं फिर पता लगा अजी सर हेलो जी मेन कबूतर लाल तूफान जो पुराने कबूतर सन लाल तूफान वो ऐसे सर इनका एक एक पर दिखाओ लो जी बड़ा ही मेन कबूतर इन विचों सारे बने सन यह बहुत मेन कबूतर है लाल तूफान इन फॉलो कर लो इन विचों ये सलेटे निकले ने काफी कबूतर इन विचों बनाए ने मेन पुराने कबूतर है अच्छा यह कोई बहुत ज्यादा गहरी अख का नहीं है है इधर मैं नहीं अख का बस इसे तरह ही इन जो मर्जी इन विच पा के बना सकते जी और वेखो तुम पर लाल शेड आ रहे ने सारे पर बड़ा वाहन वाला कबूतर जी इनका एक पिछे सक्का पाई ला मेरे को मर गया वो इस तो भी नजाब सी उनकी भी काफ़ी मैं ब्लेड बनाई इस साइड का पर चेक करो क्या बात बहुत नजाब कबूतर है अड्डी जोड़ता ही बच है ਅੱਡੀ ਜੋੜਦਾ ਮੈਂ ਕਹਾ ਬਾਛ ਹੈਗਾ ਹਾਂਜੀ ਰਹਿਣ ਦੇ ਬਸ ਮੌਸਮ ਖਰਾਬ ਹੈ ਰਹਿਣ ਦੇ ਮੌਸਮ ਖਰਾਬ ਹੈ ਦੋ ਤਿੰਨ ਗੋਲਡਨ ਦਿਖਾ ਦਿਓ ਇਹ ਤੁਹਾਡਾ ਕਬੂਤਰ ਹੈ ਵੀ ਫਿਰਦਾ ਪਿਆ ਸਾਹਮਣੇ ਕਬੂਤਰ ਹਲੇ ਫਿਰਦੇ ਪਏ ਨੇ ਆ ਉੱਤੇ ਕਬੂਤਰ ਨਿਕਲੇ ਨੇ ਸੁਬਾਹ ਦੇ ਉੱਤੇ ਕੱਢ ਲਈ ਉਫ ਇਹ ਵੀ ਲਾਲ ਤੂਫਾਨ ਹੈ ਕੀ ਇਹ ਵੀ ਲਾਲ ਤੂਫਾਨ ਹੈ
ਨਹੀਂ ਯਾਰ ਹੋ ਗਿਆ ਐ ਰੋਜਾ ਹਾਂਜੀ ਹਾਂਜੀ ਕਿੱਥੇ ਆਈ सर यह जो पहला आया सी उनका की लगता यार नलियां चेक करो सनेटा नहीं नहीं इस तो पहले जो क्या तुसी क्या बहुत मेन कबूतर है लाल कुमार बेटा ऐ उना विचों निकल आंदे ने जो डब वाली मादी अच्छी है वाड़ियां होनला ऐ गोल्डन गोल्डन भी मेरे को पुराने ही पए ने सारे ओके ऐ भी इरफान भाई लो है नहीं नहीं ऐ बाऊ साहब वाले ने अच्छा अच्छा मेरे स्थान कुछ बाऊ साहब ने मैं डायरेक्ट दिते लो जी ये गोल्डन बहुत तक्कन वाला कबूतर है और वाकई ये पुराना है माशाल्लाह इन्हों क्यों काट के रखे है ये वैसे पिंजरी विच लगे ने ना और बच्चे फिर दाना पानी पाते ने ना हाँ तो निकल ना जावे बच्चा जेठ विच सत बाजी आउट गया पुत्र ਇੰਦਾ ਪੁੱਤਰ ਹਾਂਜੀ ਸਾਜਨ ਉਹ ਨੁਕਰ ਵਾਲੀ ਮਾਦੀ ਨੇ ਹਾਂਜੀ ਦਿਖਾ ਦੀ ਲੋਏ ਦੋਸਤੋ ਚੈੱਕ ਕਰੋ ਸੁਭਾਨ ਅੱਲਾ ਜੀ कबूतर ने जो पुराने कबूतर ने अच्छे सारे मेरे को पुराने कबूतर ने अज की तैयार करता चीजा नहीं है पुराने कबूतर ने इन्हों को वाह अल्लाह का शुक्र है अल्लाह पाक ने इन्नी अकल दिती है इन्ना शोर दिता ला मैं ला दवा जोड़ा भाई आसफ ला दवा लाना सी एक दूजे की मर्जी ना ही होंगे एको चीज़ ही लगनी होंगी सानू पसंद आ जाता भाई आसफ ला दवे 100% मैं पसंद ਕਿਉਂਕਿ ਸਾਨੂੰ ਪਤਾ ਅਸੀਂ ਐਸੇ ਬਲੀਡ ਵਿੱਚ ਹੀ ਆ ਆ ਤੁਸੀਂ ਬਾਹਰ ਦਾ ਤੇ ਤੁਹਾਡੇ ਕੋ ਆਏ ਨਹੀਂ ਕੋਈ ਹਾਂਜੀ ਆਪਣੇ ਅੰਦਰ ਹੀ ਆ ਮਾਦੀ ਦਾ ਸ਼ੌਕ ਆ ਸਾਡੀ ਸ਼ਾਮਾਂ ਤੱਕ ਮਾਦੀ ਉੱਡੀ ਨੇਰੇ ਵਿੱਚ ਬੈਠੀ ਵਾਹ ਇਹ ਤੁਹਾਨੂੰ ਪਤਾ ਨਹੀਂ ਦਿੰਗ ਕਲੀਅਰ ਆਉਂਦੇ ਨੇ ਨਹੀਂ ਆਉਂਦੇ ਤੁਹਾਡੇ ਮੋਬਾਈਲ ਤੇ ਮਾਸ਼ਾਅੱਲਾ ਮੇਨ ਚੀਜ਼ ਹੁੰਦਾ ਇਹਦੇ ਰਿੰਗ ਕਲੀਅਰ ਕਰਨੇ ਚਲੋ ਓਕੇ ਹੋ ਗਿਆ अभी जोड़े लगी हुई है जी हाँ जोड़े लगी उड़ा के लगी इन्हें तो माँ प्यो भी मेरे कोल है ओके हो गया शानी भाई बहुत अच्छा लगा मनु तुहाडे नाल मिल के बड़े अच्छे तुहाडे कबूतर लगे और बड़ी खुशी हुई एक जेट चैंपियन को बह के उनकी बैठक दे विच और उनकी सोबत दे विच रहा मैं मनु बहुत अच्छा लगा और लास्ट च एक मिठा है पैगाम दे दो कबूतर बाद भाई वास्ते ये शौक प्यार मुहब्बत दा होना चाहिए शौक नू सीरियस नहीं लेना चाहिए इन्हें एक बहादुरी ना शौक करो जे तुसी हार जिवें जीते तुहानू एक खुशी का जहार महसूस होंदी ला उस तो उस तरह एक हार भी खुशी का जहार महसूस हो क्योंकि एक शौक है तुहाडा प्यार मुहब्बत उवें होना चाहिए सब भाइयों नाल वाह प्यार मुहब्बत विच नहीं फर्क आना चाहिए कबूतरबाजी सिर्फ है छत की हद तक दूसरा तुहाडा प्यार उंज प्यार होना चाहिए बस कबूतरबाजी छत की हद तक वाह वाह वाह
ਤੇ ਮੈਂ ਤੇ ਕੁਛ ਐਸੇ ਦੋਸਤ ਨੇ ਜਿਨ੍ਹਾਂ ਨੂੰ ਮੈਂ ਕੋਲੋ ਉਹਨਾਂ ਕੋਲ ਜਾਨਵਰ ਅੱਛਾ ਦੇਖ ਆਇਆ ਵਾਲਾ ਮੈਂ ਆਖਿਆ ਯਾਰ ਇੱਥੋਂ ਕੋਲੋ ਆ ਕੇ ਲੈ ਜਾਣਾ ਉਹਨੇ ਨਸਲ ਵਧਾਉਣ ਵਾਸਤੇ ਤੇ ਜਿਹੜਾ ਇਲਮ ਹੋਵੇ ਨਾ ਕਿਸੇ ਨਾ ਕਿਸੇ ਐਸੀ ਚੀਜ਼ ਇਲਮ ਸਿੱਖਦੇ ਤੁਸੀਂ ਰਹਿਣਾ ਇਲਮ ਦੇਣਾ ਚਾਹੀਦਾ ਜਿਹੜਾ ਇਲਮ ਹੋਵੇ ਲੋ ਜੀ ਦੋਸਤੋ ਉਮੀਦ ਕਰਨਾ ਇਹਦਾ ਸ਼ੋਸ਼ਕਾ ਇੰਟਰਵਿਊ ਤੁਹਾਨੂੰ ਪਸੰਦ ਆਇਆ ਹੈਗਾ ਐਵੇਂ ਦੋਸਤ ਭਾਈ ਤੁਹਾਡੇ ਨਾਲ ਹੋਣ ਇੱਜ਼ਤ ਮਾਲਕ ਦਿੰਦਾ ਰਹਿੰਦਾ ਜੀ ਕੀ ਬਾਤ ਅੱਲਾਹ ਹਾਫਿਜ਼ ਅੱਲਾਹ ਹਾਫਿਜ਼।